ਪੈਸੇ ਦੇ ਕੇ ਕਰਾਇਆ ਜੀ, ਪੈਸੇ ਦੇ ਕੇ ਕਰਾਇਆ ਜੀ। ਕਿੰਨੇ ਪੈਸੇ ਦੀ ਹੈ? 1 ਲੱਖ ਰੁਪਏ। ਹੈਂ? 1 ਲੱਖ ਜੀ। 2 ਲੱਖ? 1 ਜੀ। 1 ਲੱਖ? ਮੈਂ ਤਾਂ ਕਰਵਾ ਜੀ, ਫਿਰ ਨਹੀਂ ਪਤਾ ਕਿੰਨੇ ਬੰਦੇ ਨਾਲ ਸੀ ਉਹ। ਉਹ ਕਹਿੰਦਾ ਸੀ ਮੇਰੇ ਕੋਲ ਬੰਦੇ ਹੈਗੇ ਨੇ, ਨਹੀਂ ਪਤਾ ਕਿੰਨੇ ਨੇ। ਕਿੰਨੀ ਆ? ਕਿੰਨੇ ਕਿੰਨੇ ਵਾਰ ਪੈਸੇ ਦੇ ਦਿੰਦੇ ਉਹਨੂੰ? 4-5 ਵਾਰ ਦਿੱਤੇ ਨੇ ਪੈਸੇ। ਜਦੋਂ 2019 ਨੂੰ ਇੱਕ ਡੈੱਡ ਬੋਡੀ ਸਾਨੂੰ ਨਹਿਰ ਦੇ ਕਿਨਾਰੇ 'ਤੇ ਖਤਾਨਾ 'ਚੋਂ ਮਿਲੀ ਸੀ, ਬਾਰਿਸ਼ ਬਹੁਤ ਪੈ ਰਹੀ ਸੀ। ਜਦੋਂ ਚੈੱਕ ਕੀਤਾ ਤਾਂ ਉਹ ਉਹਨੂੰ ਫਿਰ ਸਿਵਲ ਹਸਪਤਾਲ 'ਚ ਅਸੀਂ ਭੇਜਿਆ, ਉਹਦਾ 174 ਵੀ ਕਰ ਵੀ ਕਰਕੇ ਉਹਦਾ ਅਸੀਂ ਡਾਕਟਰਾਂ ਤੋਂ ਪੋਸਟਮਾਰਟਮ ਕਰਾਇਆ। ਉਹਦੇ ਵਿੱਚ ਗਲ ਘੁੱਟਣ ਕਰਕੇ ਉਸਦੀ ਮੌਤ ਆਇਆ ਸੀਗਾ, ਅਤੇ ਉਹਦੀ ਸ਼ਨਾਖਤ ਕਰਾ ਕੇ ਉਹਦੇ ਵਾਰਸਾਂ ਤੋਂ, ਉਦੋਂ ਬਾਅਦ ਅਸੀਂ ਬਰੀਕੀ ਨਾਲ ਉਹਦੀ ਤਫਤੀਸ਼ ਕੀਤੀ, ਅਤੇ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਰਾਤ ਨੂੰ ਸਾਰੇ ਨਾਲ ਘੁੰਮਦੇ ਸੀਗੇ, ਉਹਨਾਂ 'ਤੇ ਅਸੀਂ ਖੁਫੀਆ ਤੌਰ 'ਤੇ ਅਤੇ ਉਹਨਾਂ 'ਤੇ ਨਿਗਾਹ ਰੱਖੀ, ਅਤੇ ਉਹਨਾਂ ਦੀ ਕਾਲ ਡਿਟੇਲ ਘਟਾ ਕਰਕੇ ਸਾਰੀ ਤਫਤੀਸ਼ ਕਰਕੇ ਅਤੇ ਅਸੀਂ ਟਰੇਸ ਕੀਤਾ, ਅਤੇ ਮਦਈਆਂ ਦੇ ਬਿਆਨ ਉਹਨਾਂ 'ਤੇ ਕੱਲ੍ਹ ਇਹਨਾਂ 'ਤੇ 302 ਦਾ ਪਰਚਾ ਦਰਜ ਕੀਤਾ ਗਿਆ, ਅਤੇ ਅੱਜ ਦੋਸ਼ੀ ਸੰਜੀਵ ਸਤੀਸ਼ ਕੁਮਾਰ ਦੀ ਅਰੈਸਟ ਪਾ ਕੇ ਉਹ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੇ ਨਾਲ ਇੱਕ ਗੁਰਪ੍ਰੀਤ ਸਿੰਘ ਕੁਤਬਨਪੁਰ ਦਾ ਸੀਗਾ, ਅਤੇ ਉਹਦੀ ਵੀ ਭਾਲ ਕੀਤੀ ਜਾ ਰਹੀ ਹੈ, ਅਤੇ ਬਰੀਕੀ ਨਾਲ ਇਹਦਾ ਕਰਕੇ ਕੀਤਾ ਜਾਊਗਾ। ਇਹਨਾਂ ਨੇ ਮੰਨਿਆ ਕਿ ਉੱਥੇ ਖਤਾਨਾ 'ਚ ਇਹਨਾਂ ਨੇ ਉਹਦਾ ਗਲ ਘੁੱਟ ਕੇ ਉਹਦਾ ਕਤਲ ਕੀਤਾ ਹੈ, ਅਤੇ ਸਕੂਟਰ ਨੂੰ ਵੀ ਉੱਥੋਂ ਲੈ ਗਏ ਸੀਗੇ। ਮਾਮਲਾ ਇਹਦਾ, ਇਹਨਾਂ ਦੇ ਨੇੜੇ ਹੀ ਘਰ 'ਚ ਰਹਿੰਦਾ ਸੀ ਸਤੀਸ਼ ਕੁਮਾਰ ਦਾ, ਇਹਨਾਂ ਦੇ ਘਰ ਆਉਣਾ ਜਾਣਾ ਕਾਫੀ ਸੀਗਾ, ਅਤੇ ਉਹਨਾਂ ਦੀ ਵਾਈਫ 'ਤੇ ਗਲਤ ਨਿਗਾਹ ਰੱਖਦਾ ਸੀਗਾ, ਅਤੇ ਇਹਨੂੰ ਐਂ ਸੀਗਾ ਵੀ ਉਹਦਾ ਕਤਲ ਕਰਕੇ ਅਤੇ ਮੈਂ ਉਹਨਾਂ ਦੇ ਘਰ ਕਰਾਂ, ਅਤੇ ਉਹਨਾਂ ਦੇ ਪ੍ਰੋਪਰਟੀ ਦਾ ਕੋਈ ਰੌਲਾ ਚੱਲਦਾ ਸੀਗਾ ਵੀ ਇਹ ਉਹਨਾਂ 'ਤੇ ਸ਼ੱਕ ਚੱਲ ਜਾਏਗਾ ਅਤੇ ਮੇਰਾ ਮਸਲਾ ਹੱਲ ਹੋ ਜੂਗਾ, ਇਸ ਕਰਕੇ ਇਹਨੇ ਕਤਲ ਕੀਤਾ। ਦੂਜਾ ਰੋਕੀ ਉਹ ਚੈੱਕ ਕਰਾਂਗੇ, ਉਹ ਇਹ ਦੱਸਣ 'ਤੇ ਕਹਿੰਦਾ ਵੀ ਮਲੇਸ਼ੀਆ ਚਲੇ ਗਿਆ, ਉਦੋਂ ਵੀ ਅਸੀਂ ਬਰੀਕੀ ਨਾਲ ਚੈੱਕ ਕਰਾਂਗੇ। ਗੁਰਪ੍ਰੀਤ ਸਿੰਘ ਕੁਤਬਨਪੁਰ ਦਾ, ਉਹ ਉਹਨੂੰ ਇਹਨੇ 1.5 ਲੱਖ ਰੁਪਈਆ 'ਚ ਕੀਤਾ ਸੀਗਾ, ਉਹਨੂੰ ਇਹਨੇ 20,000 ਪਹਿਲਾਂ ਦਿੱਤਾ, ਅਤੇ 40,000 ਬਾਅਦ 'ਚ ਦਿੱਤਾ, ਅਤੇ 90,000 ਉਹਨੂੰ ਦੇਣਾ ਸੀ। ਉਹਨੂੰ ਪੈਸੇ ਦੀ ਲੋੜ ਸੀ ਕਿਉਂਕਿ ਉਹਨੇ ਗਰੀਬ ਘਰ ਦਾ ਮੁੰਡਾ ਸੀਗਾ, ਉਹਨੇ ਮਲੇਸ਼ੀਆ ਜਾਣ ਵਾਸਤੇ ਉਹਨੂੰ ਪੈਸਿਆਂ ਦੀ ਲੋੜ ਸੀ, ਉਹਨੇ ਨਾਲ ਮਿਲ ਕੇ ਇਹਦਾ ਕਤਲ ਕੀਤਾ। ਸਤੀਸ਼ ਨੇ ਉਹਨੂੰ ਪੈਸੇ ਦਿੱਤੇ, ਹਾਂ ਰਾਜੀਵ ਨੂੰ ਮਾਰਨ ਵਾਸਤੇ ਇਹਨੇ ਪੈਸੇ ਦਿੱਤੇ, ਅਤੇ ਬਾਕੀ ਅਸੀਂ ਇਹਦਾ ਰਿਮਾਂਡ ਲੈ ਕੇ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ, ਕਿਉਂਕਿ ਹੋਰ ਵੀ ਇਹਦੇ ਨਾਲ ਸਾਥੀ ਹੋ ਸਕਦੇ ਤਾਂ ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਲਵਾਂਗੇ। ਪਤਾ ਲੱਗਿਆ ਵੀ ਕੁਛ ਮਹੀਨੇ ਪਹਿਲਾਂ ਦੇ ਘਰਾਂ ਤੋਂ ਗਹਿਣੇ, ਸਾਡੇ ਧਿਆਨ 'ਚ ਕੋਈ ਗੱਲ ਨਹੀਂ ਆਈ। ਜਿਹੜਾ ਇਹਦੇ ਨਾਲ ਸਤੀਸ਼ ਦੇ ਨਾਲ ਇੱਕ ਬੰਦਾ, ਇੱਕ ਕਹਿੰਦੇ 2-3 ਬੰਦੇ ਹੋਰ ਆ, ਜਿਹੜੇ ਲੈ ਕੇ ਕਿੱਸੇ ਗਏ, ਪਤਾ ਲੱਗਿਆ ਕੁਛ? ਉੱਥੇ ਇਹਨਾਂ ਨੇ ਸਕੂਟਰ ਰਸਤੇ 'ਚ ਖੜਾ ਕੇ ਉਹਦਾ ਆਪਣੇ ਸਕੂਟਰ 'ਤੇ ਬਿਠਾ ਲਿਆ ਸੀ ਉਹਨੂੰ। ਉਹਨੂੰ ਇਹਨਾਂ ਨੇ ਇਹ ਕਿਹਾ ਸੀਗਾ ਵੀ ਉਹ ਬਾਡੀਆਂ ਦਾ, ਟਰੱਕਾਂ ਨੂੰ ਬਾਡੀਆਂ ਲਾਉਣ ਦਾ ਕੰਮ ਕਰਦਾ ਸੀ, ਉਹਨੂੰ ਇਹਨਾਂ ਨੇ ਇਹ ਦਿੱਤਾ ਸੀ ਵੀ ਤੈਨੂੰ ਕੰਮ ਦਵਾਉਂਦੇ ਹਾਂ ਵੀ ਉੱਧਰ ਆਪਾਂ ਟਰੱਕ ਦਿਖਾਉਣਾ ਵੀ ਉਹਦੀ ਬਾਡੀ ਲਾਉਣੀ ਆ। ਉੱਥੇ ਲਿਜਾ ਕੇ ਇਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਸਲਿੱਪ ਕਰਤਾ, ਜੋ ਡਿੱਗਿਆ ਅਤੇ ਉੱਥੇ ਉਹਨਾਂ ਨੂੰ ਦਬੋਚ ਕੇ ਖਤਾਨਾ 'ਚ ਕੰਮ ਕਰਕੇ ਆਇਆ ਸੀ। ਕਿੱਥੇ ਮੰਨ ਲਓ ਇਹਨਾਂ ਨੇ ਉਹਨੂੰ ਆਪਣੇ ਨਾਲ ਲਿਆ? ਇਹਨਾਂ ਨੇ ਭਵਾਨੀਗੜ੍ਹ ਚੌਂਕ ਤੋਂ ਉਹਨੂੰ ਨਾਲ ਲੈ ਕੇ ਅਤੇ ਉੱਧਰ ਲੈ ਗਏ ਸੀਗੇ। ਕਿੱਥੇ ਗਏ ਸੀ? ਉੱਥੋਂ ਲਿਆ ਇਹਨਾਂ ਨੂੰ, ਉੱਥੋਂ ਇਹਨਾਂ ਨੂੰ ਭਵਾਨੀਗੜ੍ਹ ਚੌਂਕ ਸਮਾਣਾ ਤੋਂ ਲੈ ਕੇ ਉਹਨਾਂ ਨੇ ਨਹਿਰ ਦੇ ਇਨਵਾਇਰਮੈਂਟ ਪਾਰਕ ਤੋਂ ਪਟਿਆਲੇ ਵਾਲੀ ਸਾਈਡ ਨੂੰ ਲੈ ਗਏ ਸੀਗੇ, ਅਤੇ ਉੱਥੋਂ ਥੋੜ੍ਹੀ 2 ਕਿਲੋਮੀਟਰ ਦੀ ਦੂਰੀ 'ਤੇ ਉਹਨਾਂ ਨੇ ਖਤਾਨਾ ਕੋਲ ਮੋਟਰਸਾਈਕਲ ਨੂੰ ਜਾਣ ਕੇ ਸਲਿੱਪ ਕਰ ਲਿਆ, ਉੱਥੇ ਡਿੱਗਿਆ, ਅਤੇ ਡਿੱਗਦੇ ਨੂੰ ਇਹਨਾਂ ਨੇ ਦਬੋਚ ਕੇ ਉਹਦਾ ਗਲ ਘੁੱਟ ਕੇ ਉਹਦਾ ਮੌਤ ਕਰ ਸੀ। ਸਾਡੇ SSP ਸਾਹਿਬ ਦੀ ਉਹਨਾਂ ਦੀ ਨਿਗਰਾਨੀ ਹੇਠ
25 ਅੰਨੇ ਕਤਲ ਪਹਿਲਾਂ ਟਰੇਸ ਕੀਤੇ ਗਏ ਨੇ, 26ਵਾਂ ਕਤਲ ਕੀਤਾ ਗਿਆ। ਉਹਨਾਂ ਨੇ ਬਹੁਤ ਸਖ਼ਤ ਮਿਹਨਤ ਨਾਲ ਸਾਡੇ ਸਾਰਿਆਂ ਤੋਂ ਗਾਈਡ ਕਰਕੇ ਕਰਾ ਰਹੇ ਨੇ, ਅਤੇ ਇਹ 20 ਅੰਨਾ ਕਤਲ ਸੀਗਾ ਜਿਹੜਾ ਅਸੀਂ ਬਹੁਤ ਜਲਦੀ ਇਹਨੂੰ ਟਰੇਸ ਕੀਤਾ। ਸਮਾਨਾ ਮੇਂ ਇੱਕ ਮਹੀਨੇ ਪਹਿਲੇ ਹੋਏ ਕਤਲ ਕੇ ਮਾਮਲੇ ਮੇਂ ਇੱਕ ਆਰੋਪੀ ਕੋ ਗ੍ਰਿਫਤਾਰ ਕੀਆ ਹੈ। ਇਸ ਆਰੋਪੀ ਨੇ ਵੀ ਆਪਣਾ ਜੁਰਮ ਕਬੂਲ ਕੀਆ ਔਰ ਇਸਨੇ ਪੇਸ਼ੇਵਰ ਅਪਰਾਧੀ ਸੇ ਕਤਲ ਕਰਵਾਇਆ ਔਰ ਉਸਕਾ ਦੂਸਰਾ ਸਾਥੀ ਅਭੀ ਫਰਾਰ ਹੈ। ਸਿਟੀ ਪੁਲਿਸ ਸਮਾਨਾ ਨੇ ਇਸ ਮਾਮਲੇ ਮੇਂ ਧਾਰਾ 302 ਕੇ ਤਹਿਤ ਮਾਮਲਾ ਦਰਜ ਕੀਆ ਹੈ ਔਰ ਇੱਕ ਆਰੋਪੀ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਮੇਂ ਅਭੀ ਔਰ ਵੀ ਜਾਣਕਾਰੀਆਂ ਇਕੱਠੀ ਕੀ ਜਾਏਗੀ ਤਾਂ ਕਿ ਔਰ ਆਰੋਪੀਓ ਕੇ ਬਾਰੇ ਮੇਂ ਪਤਾ ਲੱਗ ਸਕੇ ਵੀ ਕਿਨ ਕਿਨ ਲੋਗੋਂ ਨੇ ਇਸ ਰਾਜੀਵ ਕੁਮਾਰ ਕੋ ਮਾਰਾ ਔਰ ਇਸ ਮਾਰਨੇ ਕਾ ਕਾਰਨ ਇਹ ਹੈ ਕਿ ਇਹ ਉਸਕਾ ਦੋਸਤ ਥਾ ਜੋ ਆਰੋਪੀ ਹੈ ਸਤੀਸ਼ ਕੁਮਾਰ, ਇਸਨੇ ਉਸਕੇ ਘਰ ਆਉਣਾ ਜਾਣਾ ਥਾ, ਇਸਕੀ ਨਿਗਾਹ ਉਸਕੀ ਪਤਨੀ ਪਰ ਪੜ ਗਈ ਔਰ ਉਸ ਇਹ ਚਾਹਤਾ ਥਾ ਕਿ ਵੋ ਮੇਰੇ ਸੇ ਪਿਆਰ ਕਰੇ ਔਰ ਉਸਕੀ ਇਸ ਆਰੋਪੀ ਕੀ ਪਤਨੀ ਕੀ ਪਹਿਲੇ ਮੌਤ ਹੋ ਚੁੱਕੀ ਹੈ। ਲੇਕਿਨ ਅਭੀ ਔਰ ਮਾਮਲਾ ਗੰਭੀਰ ਹੋ ਗਿਆ ਕਿ ਪੁਲਿਸ ਇਸ ਮਾਮਲੇ ਮੇਂ ਕਿਤਨੀ ਗਹਿਰਾਈ ਸੇ ਔਰ ਆਰੋਪੀਓ ਕੋ ਕਬ ਪਕੜਤੀ ਹੈ। ਕੈਮਰਾਮੈਨ ਬਾਲਕ੍ਰਿਸ਼ਨ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਨਾ ਨਿਊਜ਼।